ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਇਸ ਸਥਾਨ ਦੇ ਪ੍ਰਬੰਧਕਾਂ ਨੂੰ ਤੇ ਸੰਗਤ ਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਕਿ ਜਿਨ੍ਹਾਂ ਬਾਰੇ ਅਸੀਂ ਬਹੁਤ ਘੱਟ ਗੱਲ ਕਰਦੇ ਹਾਂ ਅੱਜ ਉਨ੍ਹਾਂ ਦੀ ਯਾਦ ਵਿੱਚ ਅੱਜ ਦਾ ਇਹ ਸਮਾਗਮ ਕੀਤਾ ਹੈ ਮੈਂ ਮੇਰੀ ਡਿਊਟੀ ਲਗਾਈ ਗਈ ਇਹ ਗੱਲ ਕਰਨ ਵਾਸਤੇ ਚੇਅਰਮੈਨ ਸਹਰਪ੍ਰਜਨ ਸਿੰਘ ਹੋਰੀ ਜਿਹੜੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਅਕਤੂਬਰ 1980 ਤੋਂ ਲੈ ਕੇ ਹੁਣ ਤੱਕ ਚੇਅਰਮੈਨ ਰਹੇ ਮਿਸ਼ਨਰੀ ਇੱਕ ਮੂਮੈਂਟ ਹੈ ਇਹ ਇੱਕ ਲਹਿਰ ਹੈ ਇਹ ਕੋਈ ਧੜਾ ਨਹੀਂ ਹੈ ਸਰਜਿੰਦਰ ਸਿੰਘ ਹੋਰਾਂ ਨੇ ਗੱਲ ਕੀਤੀ ਕਿ ਚਾਰਕੂ ਸਾਡੇ ਹੈਗੇ ਨੇ ਨਿਆਂਗ ਸਿੰਘ ਸੰਪਰਦਾਵਾਂ ਟਕਸਾਲਾਂ ਤੇ ਹੋਰ ਮਿਸ਼ਨਰੀ ਮੂਵਮੈਂਟ ਜਿਹੜੀ ਹੈ ਉਹ ਇੱਕ ਧੜਾ ਨਹੀਂ ਹੈ ਮਿਸ਼ਨਰੀ ਮੂਵਮੈਂਟ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਥ ਪ੍ਰਵਾਨਤ ਰਹਿਤ ਮਰਿਆਦਾ ਨੂੰ ਸਮਰਪਿਤ ਹੈ ਹੋਰ ਕੋਈ ਏਜੰਡਾ ਨਹੀਂ ਹੈ ਇਹ ਗੱਲ ਮੈਂ ਸਪਸ਼ਟ ਕਰਨੀ ਇਸ ਕਰਕੇ ਸਮਝ ਰਿਆਂ ਕਿ ਪਿਛਲੇ ਕੁਝ ਸਾਲਾਂ ਤੋਂ ਮਿਸ਼ਨਰੀ ਮੂਵਮੈਂਟ ਨੂੰ ਇੱਕ ਧੜੇ ਦੇ ਰੂਪ ਦੇ ਵਿੱਚ ਉਹਨਾਂ ਲੋਕਾਂ ਨੇ ਜਿਹੜੇ ਗੁਰਮਤਿ ਸਿਧਾਂਤ ਤੋਂ ਆਪ ਮੂੰਹ ਦੂਏ ਪਾਸੇ ਕਰਕੇ ਬੈਠੇ ਨੇ ਉਹਨਾਂ ਨੇ ਆਪਣੇ ਬਰਾਬਰ ਕਰਨ ਵਾਸਤੇ ਇਹੋ ਜਿਹੀਆਂ ਸਾਜ਼ਿਸ਼ਾਂ ਰਚੀਆਂ ਮੈਂ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਮਿਸ਼ਨਰੀ ਸ਼ਬਦ ਅੰਗਰੇਜ਼ੀ ਦਾ ਸ਼ਬਦ ਹੈ ਇੱਕ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਤੁਸੀਂ ਹੈਰਾਨ ਹੋਣਾ ਹੈ 1604 ਦੇ ਵਿੱਚ ਅਕਬਰ ਦੇ ਮਰਨ ਤੋਂ ਬਾਅਦ ਜਿਸ ਵੇਲੇ ਜਹਾਂਗੀਰ ਨੇ ਗੱਦੀ ਤੇ ਬੈਠਣਾ ਸੀ ਤੇ ਉਸ ਵੇਲੇ ਈਸਾਈ ਮਿਸ਼ਨਰੀਜ਼ ਜਿਹੜੇ ਨੇ ਉਹਨਾਂ ਨੇ ਭਾਰਤ ਦੇ ਵਿੱਚ ਈਸਾਈਅਤ ਦਾ ਪ੍ਰਚਾਰ ਕਰਨ ਦੀ ਆਗਿਆ ਜਹਾਂਗੀਰ ਪਾਸੋਂ ਲੈ ਲਈ ਸੀ। ਉਦੋਂ ਤੋਂ ਹੀ ਮਿਸ਼ਨਰੀ ਮੂਵਮੈਂਟ ਜਿਹੜੀ ਹੈ ਭਾਰਤ ਵਿੱਚ ਸ਼ੁਰੂ ਹੋ ਗਈ ਸੀ। ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਪੰਜਾਬ ਦੇ ਵਿੱਚ ਧੜਾ ਧੜ ਈਸਾਈ ਮਿਸ਼ਨਰੀਜ਼ ਵੱਲੋਂ ਸਿੱਖਾਂ ਨੂੰ ਗੁੰਮਰਾਹ ਕਰਕੇ ਈਸਾਈ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਦੂਜੇ ਪਾਸੇ ਆर्यਾ ਸਮਾਜੀਆਂ ਨੇ ਸ਼ੁੱਧੀ ਕਰਨ ਦੀ ਲਹਿਰ ਦੇ ਤਹਿਤ ਲੋਕਾਂ ਨੂੰ Hindu ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਤੇ ਉਸ ਵੇਲੇ ਇੱਕ ਮੂਵਮੈਂਟ ਉੱਠੀ ਬੇਸ਼ੱਕ ਉਹਦਾ ਨਾਮ ਸਿੰਘ ਸਵਾ ਲਹਿਰ ਸੀ ਉਹਨਾਂ ਨੇ ਆਪਣੇ ਆਪ ਨੂੰ ਮਿਸ਼ਨਰੀ ਮੂਵਮੈਂਟ ਨਹੀਂ ਕਿਹਾ ਸਭ ਤੋਂ ਪਹਿਲਾਂ ਸਿੱਖ ਸਾਡੇ ਇਤਿਹਾਸ ਦੇ ਵਿੱਚ ਜੇ ਕਹਿ ਲਈਏ ਅਸੀਂ ਪਹਿਲੀ ਵਾਰੀ ਸ਼ਬਦ ਮਿਸ਼ਨਰੀ ਜਿਹੜਾ ਹੈ 1921 ਵਿੱਚ ਜਿਸ ਵੇਲੇ ਨਨਕਾਣਾ ਸਾਹਿਬ ਦਾ ਸਾਕਾ ਹੁੰਦਾ ਹੈ ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਸਥਾਪਿਤ ਕੀਤਾ ਗਿਆ ਉਦੋਂ ਮਿਸ਼ਨਰੀ ਸ਼ਬਦ ਪਹਿਲੀ ਵਾਰੀ ਮੇਰੀ ਜਾਣਕਾਰੀ ਦੇ ਮੁਤਾਬਕ ਵਰਤੋਂ ਵਿੱਚ ਸਿੱਖ ਕੌਮ ਨੇ ਲਿਆਂਦਾ ਮਿਸ਼ਨਰੀ ਸਿੱਖ ਸ਼ਬਦ ਨਹੀਂ ਹੈ ਇਹ ਸਾਡਾ ਪਰੰਪਰਾਇ ਜਿਹੜੀ ਸਾਡੀ ਪਰੰਪਰਾ ਹੈ ਉਹਦਾ ਇਹ ਸ਼ਬਦ ਨਹੀਂ ਹੈ ਪਰ ਉਸ ਵੇਲੇ ਉਹ ਜਿਹੜੀਆਂ ਮੂਵਮੈਂਟ ਸੀ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਉਹਨਾਂ ਨੂੰ ਜਵਾਬ ਦੇਣ ਵਾਸਤੇ ਇੱਕ ਉਹੋ ਜਿਹਾ ਪਲੇਟਫਾਰਮ ਕ੍ਰੀਏਟ ਕਰਨ ਦੀ ਲੋੜ ਸੀ ਉਦੋਂ ਤੋਂ ਇਹ ਮਿਸ਼ਨਰੀ ਮੂਵਮੈਂਟ ਬਣੀ ਫਿਰ ਉਸ ਤੋਂ ਬਾਅਦ ਸਮਾਂ ਆਇਆ 1947 ਤੱਕ ਕੌਮ ਪੁਨਰ ਜਾਗਰਤੀ ਲਹਿਰ ਚ ਡਿਵੈਲਪ ਹੋ ਕੇ ਆਪਣੇ ਹੱਕਾਂ ਵਾਸਤੇ ਭਾਰਤ ਦੀ ਆਜ਼ਾਦੀ ਵਾਸਤੇ ਗੁਰਦੁਆਰਿਆਂ ਦੀ ਆਜ਼ਾਦੀ ਵਾਸਤੇ ਲੜਦੀ ਰਹੀ 47 ਤੋਂ ਬਾਅਦ ਜਿਸ ਵੇਲੇ ਇਹ ਪਾਰਟੀਸ਼ਨ ਹੋਣ ਤੋਂ ਮਗਰੋਂ ਮੌਜੂਦਾ ਭਾਰਤ ਦਾ ਸਿਸਟਮ ਸਾਡੇ ਤੇ ਲਾਗੂ ਹੋਇਆ ਜਾਂ ਅਸੀਂ ਉਹਦੇ ਅਧੀਨ ਹੋਏ ਉਦੋਂ ਤੋਂ ਹੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੌਲੀ 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 ਖੰਡ ਦੇ ਵਿੱਚ ਲਪੇਟ ਲਪੇਟ ਕੇ ਮਨਮਤ ਦੀਆਂ ਗੋਲੀਆਂ ਖਲੋਣੀਆਂ ਸ਼ੁਰੂ ਹੋਈਆਂ ਜਦੋਂ ਇਹ ਗੱਲ ਬਹੁਤ ਵੱਧ ਗਈ ਤੇ 1956 ਵਿੱਚ 1956 ਚ ਦਿੱਲੀ ਦੇ ਵਿੱਚ ਕੁਝ ਸੱਜਣਾ ਨੇ ਇਕੱਠੇ ਹੋ ਕੇ ਇੱਕ ਸੰਸਥਾ ਖੜੀ ਕੀਤੀ ਉਹਦਾ ਨਾਮ ਰੱਖਿਆ ਸ਼੍ਰੋਮਣੀ ਸਿੱਖ ਸਮਾਜ ਦਿੱਲੀ ਦੇ ਵਿੱਚ ਤੇ ਸ਼੍ਰੋਮਣੀ ਸਿੱਖ ਸਮਾਜ ਦੇ ਵਿੱਚੋਂ 60ਵਿਆਂ ਦੇ ਵਿੱਚ ਇੱਕ ਕਾਲਜ ਹੋਂਦ ਵਿੱਚ ਆਇਆ ਗੁਰਮਤ ਮਿਸ਼ਨਰੀ ਕਾਲਜ ਜਿਹੜਾ 100 ਸੰਤ ਨਗਰ ਨਵੀਂ ਦਿੱਲੀ ਤੋਂ ਚੱਲਦਾ ਸੀ ਕਮਰਮਿੰਦਰ ਪ੍ਰਤਾਪ ਸਿੰਘ ਹੋਰੀ ਜਿਹੜੇ ਉਹਦੇ ਪਹਿਲੇ ਪ੍ਰਿੰਸੀਪਲ ਸਨ ਉਹਨਾਂ ਨੇ ਘਰ ਦੇ ਵਿੱਚ ਸੀ ਉਹ ਉਹਨਾਂ ਨੇ ਆਪਣੇ ਘਰ ਦੇ ਉੱਪਰਲੇ ਸ਼ੈੱਡ ਪਾ ਕੇ ਛੱਤ ਦੇ ਉੱਤੇ ਉਹ ਦਫ਼ਤਰ ਬਣਾਇਆ ਸੀ ਤੇ ਉਹਨਾਂ ਵੱਲੋਂ ਹੀ ਇਹ ਜਿਹੜੀ ਗੁਰਮਤ ਪ੍ਰਚਾਰ ਦੀ ਲਹਿਰ ਹੈ ਤਤ ਗੁਰਮਤ ਦੀ ਗੱਲ ਹੈ ਉਹ ਕਰਨੀ ਸ਼ੁਰੂ ਕੀਤੀ ਤੇ ਉਹ ਕਿਉਂਕਿ ਗੁਰਮਤ ਮਿਸ਼ਨਰੀ ਕਾਲਜ ਉਹਨਾਂ ਨੇ ਸਥਾਪਿਤ ਕੀਤਾ ਤੇ ਉਹਨਾਂ ਵੱਲੋਂ ਹੀ 1974-75 ਦੇ ਵਿੱਚ ਦੋ ਸਾਲਾ ਡਾਕਰਾਈ ਕੋਰਸ ਜਿਹੜਾ ਹੈ ਉਹ ਸ਼ੁਰੂ ਕਰਵਾਇਆ ਗਿਆ ਕਿ ਉਹ ਲੋਕ ਜਿਹੜੇ ਪੰਥ ਪ੍ਰਤੀ ਪਿਆਰ ਰੱਖਦੇ ਨੇ ਆਪਣੇ ਘਰਾਂ ਦੇ ਵਿੱਚ ਕੰਮਕਾਰ ਕਰਨ ਵਾਲੇ ਨੇ ਚਾਹ ਜੌਬਸ ਕਰਦੇ ਨੇ ਚਾਹ ਬਿਜ਼ਨਸ ਕਰਦੇ ਨੇ ਚਾਹ ਖੇਤੀ ਕਰਦੇ ਨੇ ਚਾਹ ਦੁਕਾਨਾਂ ਕਰਦੇ ਨੇ ਪਰ ਉਹਦੇ ਨਾਲ ਨਾਲ ਉਹਨਾਂ ਨੂੰ ਤਿਆਰ ਕੀਤਾ ਜਾਏ ਕਿ ਉਹਨਾਂ ਨੂੰ ਗੁਰਮਤ ਦੀ ਜਿਹੜੀ ਪੜ੍ਹਾਈ ਹੈ ਉਹ ਕਰਵਾਈ ਜਾਏ 2 ਸਾਲਾ ਡਾਕ ਰਾਈ ਉਹ ਕੋਰਸ ਕਰਵਾਇਆ ਗਿਆ ਜਿਹਦੀਆਂ 8 ਤਮਈਆਂ ਬਣਾ ਕੇ 8 ਹਿੱਸਿਆਂ ਦੇ ਵਿੱਚ ਉਹ ਕੋਰਸ ਜਿਹੜਾ ਸੀ ਉਹ ਕਰਵਾਇਆ ਗਿਆ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਉਸ ਕੋਰਸ ਨੂੰ ਜੁਆਇਨ ਕੀਤਾ ਜਦੋਂ ਗੱਲ ਅਸੀਂ ਸਹ ਹਰਪ੍ਰੀਤ ਸਿੰਘ ਲੁਧਿਆਣੇ ਵਾਲਿਆਂ ਦੀ ਕਰਦੇ ਆਂ ਤੇ ਹਰਪ੍ਰੀਤ ਸਿੰਘ ਜੀ ਦਾ ਜਨਮ 1947 ਦਾ ਹੈ ਅਪ੍ਰੈਲ 1947 ਦਾ ਵੰਡ ਤੋਂ ਬਾਅਦ ਲੁਧਿਆਣੇ ਆ ਗਏ ਪੰਥਕ ਪਰਿਵਾਰ ਸੀ ਪਿਤਾ ਬਹੁਤ ਧਾਰਮਿਕ ਵਿਰਤੀ ਵਾਲੇ ਸਨ ਉਸ ਮਾਹੌਲ ਦੇ ਵਿੱਚ ਇਹਨਾਂ ਦੀ ਪਾਲਣਾ ਪੋਸਣਾ ਹੋਈ ਤੇ ਉਸ ਤੋਂ ਬਾਅਦ ਪੰਜਾਬੀ ਸੂਬੇ ਮੋਰਚੇ ਦੇ ਵਿੱਚ ਉਹਨਾਂ ਨੇ 2 ਮਹੀਨੇ ਦੀ ਕੈਦ ਵੀ ਕੱਟੀ 1960 ਵਾਲਾ ਜਿਹੜਾ ਪੰਜਾਬੀ ਸੂਬੇ ਦਾ ਮੋਰਚਾ ਸੀ ਉਹਦੇ ਵਿੱਚ ਆਪਣੇ ਪਿਤਾ ਦੇ ਨਾਲ ਹਰਭਜਨ ਸਿੰਘ ਹੋਰਾਂ ਨੇ 2 ਮਹੀਨੇ ਦੀ ਜਿਹੜੀ ਹੈ ਉਹ ਕੈਦ ਵੀ ਕੱਟੀ ਪਟਿਆਲਾ ਆਪਣੇ ਲੁਧਿਆਣੇ ਦੇ ਵਿੱਚ ਪੜਨ ਤੋਂ ਬਾਅਦ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੇ ਬੀএসসি ਕੀਤੀ ਉਹਨਾਂ ਨੇ ਗ੍ਰੈਜ ਬੀএসসি ਇੰਜੀਨੀਅਰਿੰਗ ਕੀਤੀ ਉਹਨਾਂ ਨੇ ਪਰ ਉਸ ਤੋਂ ਬਾਅਦ ਵੀ ਉਹ ਬੈਂਕ ਦੇ ਵਿੱਚ ਉਹਨਾਂ ਨੇ ਨੌਕਰੀ ਕਰਨੀ ਸ਼ੁਰੂ ਕੀਤੀ ਧਾਰਮਿਕ ਬੈਕਗ੍ਰਾਉਂਡ ਸੀ ਪਹਿਲਾਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਨਾਲ ਕੁਝ ਸਮਾਂ ਜੁੜੇ ਰਹੇ ਸੇਵਾ ਕੀਤੀ ਉਸ ਤੋਂ ਬਾਅਦ ਗੁਰਮਤ ਪ੍ਰਚਾਰ ਸੁਸਾਇਟੀ ਸਥਾਪਿਤ ਕੀਤੀ ਲੁਧਿਆਣੇ ਦੇ ਵਿੱਚ ਉਹਨਾਂ ਵੱਲੋਂ ਕੱਢਿਆ ਜਾ ਰਿਹਾ ਗੁਰਮਤ ਸੇਧਾ ਮੈਗਜ਼ੀਨ ਦੇ ਸੰਪਾਦਕ ਬਣੇ 1976 ਦੇ ਵਿੱਚ ਜਿਹੜਾ 100 ਸੰਤ ਨਗਰ ਨਵੀਂ ਦਿੱਲੀ ਤੋਂ ਸ਼੍ਰੋਮਣੀ ਸਿੱਖ ਸਮਾਜ ਵੱਲੋਂ ਚੱਲ ਰਿਹਾ ਗੁਰਮਤ ਮਿਸ਼ਨਰੀ ਕਾਲਜ ਸੀ ਉਹਨਾਂ ਨੇ ਇਹਨਾਂ ਦੇ ਨਾਲ ਪਹੁੰਚ ਕਰਕੇ ਇਹਨਾਂ ਨੂੰ ਉਹਦੇ ਵਿੱਚ ਸ਼ਾਮਲ ਕਰਾਇਆ 1976 ਦੇ ਵਿੱਚ ਸਰਾਹ ਹਰਪ੍ਰੀਤ ਸਿੰਘ ਹੋਰਾਂ ਨੇ ਗੁਰਮਤ ਮਿਸ਼ਨਰੀ ਕਾਲਜ ਦਿੱਲੀ ਨੂੰ ਜੁਆਇਨ ਕੀਤਾ ਤੇ 1976 ਦੇ ਅਖੀਰ ਦੇ ਵਿੱਚ ਹੀ ਮੈਂ ਉਸ ਕਾਲਜ ਨੂੰ ਜੁਆਇਨ ਕੀਤਾ ਅਸੀਂ ਤਕਰੀਬਨ ਤਕਰੀਬਨ ਉਹ ਮੈਨੂੰ 2-4 ਮਹੀਨੇ ਸੀਨੀਅਰ ਸੰ ਮਿਸ਼ਨਰੀ ਕਾਲਜ ਦੇ ਵਿੱਚ ਲੁਧਿਆਣੇ ਸਰਕਲ ਨੂੰ ਉਹ ਰਨ ਕਰਦੇ ਸਨ ਅਸੀਂ ਜਲੰਧਰ ਸਰਕਲ ਦੇ ਵਿੱਚ ਕੰਮ ਕਰਦੇ ਸਾਂ ਬਹੁਤ ਵੱਡੀ ਗੈਂਟੀ ਦੇ ਵਿੱਚ ਲਿਟਰੇਚਰ ਵੰਡਿਆ ਜਾਂਦਾ ਸੀ ਕਾਲਜ ਦਾ ਜਿਹੜਾ ਕੋਰਸ ਸੀ ਉਹ ਚਲਾਇਆ ਜਾਂਦਾ ਸੀ ਤੇ ਮਿਸ਼ਨ ਗੁਰਮਤ ਮਿਸ਼ਨਰੀ ਮੈਗਜ਼ੀਨ ਦਿੱਲੀ ਤੋਂ ਚਲਾਇਆ ਜਾਂਦਾ ਸੀ ਫਿਰ ਜਿਹੜਾ ਮਿਸ਼ਨਰੀ ਕਾਲਜ ਸੀ ਦਿੱਲੀ ਦਾ ਉਹਦਾ ਕੋਈ ਇਸ ਤਰ੍ਹਾਂ ਦਾ ਜਿਵੇਂ ਜੱਥੇਬੰਦੀਆਂ ਦਾ ਹੁੰਦਾ ਨਾ ਉਹ ਪ੍ਰਧਾਨ ਆ ਜਿਹੇ ਚੇਅਰਮੈਨ ਇਸ ਤਰ੍ਹਾਂ ਨਹੀਂ ਸੀਗਾ ਉਹਨਾਂ ਦੀ ਇੱਕ ਸੁਪਰੀਮ ਪੰਚਾਇਤ ਸੀ ਜਿਹੜੀ ਪੰਜ ਸਿੰਘਾਂ ਤੇ ਆਧਾਰਿਤ ਸੀ ਸਾਰੇ ਫੈਸਲੇ ਸੁਪਰੀਮ ਪੰਚਾਇਤ ਵਿੱਚ ਕੀਤੇ ਜਾਂਦੇ ਸਨ ਤੇ ਸਰਦਾਰ ਹਰਭਜਨ ਸਿੰਘ ਹੋਰਾਂ ਦੀ ਲਗਨ ਤੇ ਮਿਹਨਤ ਨੂੰ ਦੇਖ ਕੇ ਇਹਨਾਂ ਨੂੰ 1979 ਦੇ ਵਿੱਚ ਉਹ ਸੁਪਰੀਮ ਪੰਚਾਇਤ ਦਾ ਮੈਂਬਰ ਨਿਯਤ ਕਰ ਲਿਆ ਗਿਆ ਉਹਦੇ ਵਿੱਚ ਉਸ ਵੇਲੇ ਮਹਿੰਦਰ ਸਿੰਘ ਜੋਸ਼ ਕਮਰਮਹਿੰਦਰ ਪ੍ਰਤਾਪ ਸਿੰਘ ਡਾਕਟਰ ਨਰਿੰਕਾਰ ਸਿੰਘ ਇਹ ਸੱਜਣ ਜਿਹੜੇ ਸਨ ਉਹਦੇ ਮੈਂਬਰ ਸਨ ਫਿਰ ਉਹਦੇ ਵਿੱਚ ਕਾਫੀ ਇਹਨਾਂ ਕੰਮ ਕੀਤਾ 1979 ਦੇ ਵਿੱਚ ਜਿਸ ਵੇਲੇ ਮਿਸ਼ਨਰੀ ਮੂਵਮੈਂਟ ਦੇ ਵਿੱਚ ਇੱਕ ਤਬਦੀਲੀ ਆਈ ਮੇਰਾ ਖਿਆਲ ਆ ਉਸ ਵੇਲੇ ਤੱਕ ਇਹ ਰਣਜੀਤ ਸਿੰਘ ਹੋਰੀ ਜੁਆਇਨ ਕਰ ਚੁੱਕੇ ਸਨ ਹਰਭਜਨ ਸਿੰਘ ਹੋਰਾਂ ਦੇ ਚਲਾਣਾ ਕਰ ਜਾਣ ਤੋਂ ਬਾਅਦ ਹਰਜੀਤ ਸਿੰਘ ਜਲੰਧਰ ਵਾਲਿਆਂ ਨੂੰ ਚੇਅਰਮੈਨ ਬਣਾਇਆ ਗਿਆ ਉਹਨਾਂ ਨੇ ਵੀ 79 ਦੇ ਵਿੱਚ ਹੀ ਮਿਸ਼ਨਰੀ ਕਾਲਜ ਨੂੰ ਜੁਆਇਨ ਕੀਤਾ ਸੀ ਇਸ ਮੂਮੈਂਟ ਨੂੰ 1979 ਦੇ ਵਿੱਚ ਗੁਰੂ ਅਮਰਦਾਸ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਗੋਇੰਦਵਾਲ ਦੀ ਧਰਤੀ ਉੱਤੇ ਬਹੁਤ ਵੱਡੇ ਪੱਧਰ ਤੇ ਮਨਾਇਆ ਗਿਆ ਇਹ ਉਹ ਸਮਾਂ ਸੀ 1979 ਦੇ ਵਿੱਚ 7 ਲੱਖ ਰੁਪਏ ਦਾ ਲਿਟਰੇਚਰ ਗੁਰਮਤ ਮਿਸ਼ਨਰੀ ਕਾਲਜ ਤੇ ਸ਼੍ਰੋਮਣੀ ਸਿੱਖ ਸਮਾਜ ਵਾਲਿਆਂ ਵੱਲੋਂ ਗੋਇੰਦਵਾਲ ਦੀ ਧਰਤੀ ਤੇ ਲੱਖਾਂ ਦੀ ਆਈ ਸੰਗਤ ਨੂੰ ਮੁਫਤ ਵੰਡਿਆ ਗਿਆ ਸੀ ਅੱਜ ਜਿਹੜੇ ਬੈਗ ਅਸੀਂ ਰੌਕ ਸੈਕ ਕਰਕੇ ਬੱਚੇ ਪਾਉਂਦੇ ਨੇ ਨਾ ਉਹਨਾਂ ਨੂੰ ਪਿੱਠੂ ਬੈਗ ਕਹਿੰਦੇ ਸਨ 350 ਵਲੰਟੀਅਰਸ ਉਹ ਭਰ ਕੇ ਬੈਗਸ ਆਪਣੇ ਆਪਣੇ ਪੂਰੇ ਮਤਲਬ ਸਮਾਗਮ ਦੇ ਵਿੱਚ ਪੂਰੇ ਜੋੜ ਮੇਲੇ ਦੇ ਵਿੱਚ ਸਟਾਲ ਲਗਾ ਕੇ ਹਰ ਥਾਂ ਦੇ ਉੱਤੇ 400 ਵਲੰਟੀਅਰ ਗੋਇੰਦਵਾਲ ਦੀ ਧਰਤੀ ਤੇ ਤੇ ਇਹ ਗੱਲ ਕਹੀ ਜਾਂਦੀ ਸੀ ਕਿ ਕੋਈ ਵੀ ਐਸਾ ਸੱਜਣ ਨਹੀਂ ਬਚਿਆ ਜਿਹਨੇ ਗੁਰਮਤ ਮਿਸ਼ਨਰੀ ਕਾਲਜ ਦਾ ਲਿਟਰੇਚਰ ਆਪਣੇ ਨਾਲ ਨਹੀਂ ਲੈ ਕੇ ਗਿਆ ਏਡੀ ਵੱਡੀ ਗਿਣਤੀ ਚ ਲਿਟਰੇਚਰ ਵੰਡਿਆ ਗਿਆ ਤੇ ਇਹ ਸਾਰਾ ਕੰਮ ਉਸ ਵੇਲੇ ਜਦੋਂ ਆਗੂਆਂ ਦੇ ਅਗਵਾਈ ਦੇ ਵਿੱਚ ਕੀਤਾ ਗਿਆ ਉਹਨਾਂ ਵਿੱਚੋਂ ਹੀ ਸਨ ਸਰਾਹਰ ਭਜਨ ਸਿੰਘ ਜੀ ਲੁਧਿਆਣੇ ਵਾਲੇ ਜਦੋਂ ਇਹ ਸਾਰੀ ਮੂਵਮੈਂਟ ਇੰਨੀ ਚੜ੍ਹਦੀ ਕਲਾ ਵਿੱਚ ਹੋ ਗਈ 1979 ਦੇ ਵਿੱਚ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਜਲੰਧਰ ਸਰਕਲ 'ਚ ਹੋਣ ਕਰਕੇ ਸੀਨੀਅਰ ਲੋਕਾਂ ਦੇ ਨਾਲ ਵਿਚਰਦਾ ਸੀ 1979 ਦੇ ਵਿੱਚ ਹੀ ਕੁਝ ਪੰਥਕ ਸਿਆਸਤ ਦਾ ਸ਼ਿਕਾਰ ਹੋਣਾ ਸ਼ੁਰੂ ਹੋਇਆ ਕਾਲਜ ਮੈਂ ਸ਼ਬਦ ਪੰਥਕ ਸਿਆਸਤ ਵਰਤੀ ਹੈ ਉਹਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਸਨ ਜਿਨ੍ਹਾਂ ਨੂੰ ਨਹੀਂ ਠੀਕ ਲੱਗਦਾ ਸੀ ਕਿ ਇਹ ਲੋਕ ਜਿਨ੍ਹਾਂ ਦਾ ਕੋਈ ਧੜਾ ਨਹੀਂ ਹੈ ਜਿਨ੍ਹਾਂ ਦਾ ਕੋਈ ਰਾਜਨੀਤਿਕ ਸਪੋਰਟ ਨਹੀਂ ਗਈ ਉਹ ਇਨੀ ਤਰੱਕੀ ਕਰ ਜਾਣ ਕਿ ਸ਼੍ਰੋਮਣੀ ਕਮੇਟੀ ਨੇ 40 ਲੱਖ ਰੁਪਏ ਖਰਚਿਆ ਉਸ ਗੁਰਪ੍ਰਬ ਦੇ ਉੱਤੇ ਤੇ ਉਹਨਾਂ ਨੇ ਇੱਕ ਵੀ ਪੈਂਫਲਟ ਔਨ ਰੈਕੋਰਡ ਹੈ 1979 ਚ ਸ਼੍ਰੋਮਣੀ ਕਮੇਟੀ ਨੇ 40 ਲੱਖ ਦੇ ਖਰਚੇ ਚੋਂ ਇੱਕ ਵੀ ਪੈਂਫਲਟ ਨਹੀਂ ਸ਼ਾਪ ਕੇ ਲੋਕਾਂ ਵਿੱਚ ਵੰਡਿਆ ਤੇ ਮਿਸ਼ਨਰੀ ਕਾਲਜ ਨੇ 7 ਲੱਖ ਦਾ ਲਿਟਰੇਚਰ ਵੰਡ ਕੇ ਸਾਰਿਆਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਉਸ ਵੇਲੇ ਫਿਰ ਇੱਕ ਜਿਵੇਂ ਇੱਕ ਹੁੰਦੀ ਆ ਈਰਖਾ ਵਾਲੀ ਵਰਤੀ ਵੀ ਕੱਲ ਨੂੰ ਕਿਤੇ ਬਦਲ ਹੀ ਨਾ ਬਣ ਜਾਣ ਸਾਡਾ ਇਹ ਘਰ ਘਰ ਮੈਨੂੰ ਮੈਂ ਉਹ ਦਿਨ ਮੈਨੂੰ ਯਾਦ ਹੈ ਜਦੋਂ 77 78 79 80 'ਚ ਮੈਂ ਇੱਥੇ ਆਇਆ ਵੱਖ-ਵੱਖ ਪਿੰਡਾਂ ਵਿੱਚ ਅਸੀਂ ਪ੍ਰਚਾਰ ਕਰਨ ਵਾਸਤੇ ਜਾਣਾ ਤੇ ਪਿੰਡਾਂ ਦੀ ਪੰਚਾਇਤ ਫਿਰਨੀ ਤੇ ਸਾਨੂੰ ਰਿਸੀਵ ਕਰਨ ਵਾਸਤੇ ਆਉਂਦੀ ਸੀ ਕਿ ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਨਹੀਂ ਸਾਡੇ ਪਿੰਡ ਦੇ ਵਿੱਚ ਕਦੇ ਪ੍ਰਚਾਰਕ ਭੇਜਿਆ ਅੱਜ ਸ਼੍ਰੋਮਣੀ ਸਿੱਖ ਸਮਾਜ ਦੇ ਪ੍ਰਚਾਰਕਾਂ ਨੇ ਸਾਡੇ ਪਿੰਡ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਆਉਣਾ ਹੈ ਮੈਂ ਉਹ ਆਪਣਾ ਉਹ ਸਮਾਂ ਵੇਖਿਆ ਜਦੋਂ 20-20 ਕਿਲੋਮੀਟਰ ਸਾਈਕਲਾਂ ਤੇ ਚੱਲ ਕੇ ਬੇਟ ਦੇ ਇਲਾਕੇ ਚ ਪਿੰਡਾਂ ਵਿੱਚ ਪ੍ਰਚਾਰ ਕਰਨ ਵਾਸਤੇ ਜਾਂਦੇ ਸਨ ਤੇ ਸੰਗਤਾਂ ਕਿਵੇਂ ਉਹਦਾ ਰਿਸਪਾਂਸ ਕਰਦੀਆਂ ਸਨ ਉਹ ਜਿਹੜਾ ਚੜ੍ਹਦੀ ਕਲਾ ਵਾਲਾ ਸਮਾ ਸੀ ਉਹ ਫਿਰ ਉਸ ਵੇਲੇ ਦੀ ਸਿਆਸਤ ਨੂੰ ਰਾਸ ਨਹੀਂ ਆਇਆ ਕੁਝ ਮਤਭੇਦ ਪੈਦਾ ਕੀਤੇ ਗਏ ਉਹ ਸੁਪਰੀਮ ਪੰਚਾਇਤ ਦੇ ਵਿੱਚ ਵੀ ਮਤਭੇਦ ਪੈਦਾ ਕੀਤੇ ਗਏ ਉਸ ਮਤਭੇਦ ਦੇ ਸਿੱਟੇ ਵੱਜੋਂ ਫਿਰ ਅਕਤੂਬਰ 1980 ਦੇ ਵਿੱਚ ਸਾਹਰ ਭਜਨ ਸਿੰਘ ਹੋਰੀ ਤੇ ਸਭਿੰਦਰ ਸਿੰਘ ਜੋਸ਼ ਇਹਨਾਂ ਦੋ ਨੇ ਉਹ ਸੁਪਰੀਮ ਪੰਚਾਇਤ ਦੇ ਪੰਜਾਂ ਵਿੱਚੋਂ ਵੱਖ ਹੋ ਕੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸਥਾਪਿਤ ਕੀਤਾ ਔਰ ਇਹਨਾਂ ਨੇ ਉਦੋਂ ਤੋਂ ਲੈ ਕੇ ਪਿਛਲੇ 41 ਸਾਲ ਚ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਉਹ ਕਾਲਜ ਜਿਹੜਾ ਸੀ ਉਹ ਰਨ ਕੀਤਾ ਦਿੱਲੀ ਵਾਲਾ ਜਿਹੜਾ ਕਾਲਜ ਸੀ ਉਹਨਾਂ ਨੇ ਫਿਰ ਦਿੱਲੀ ਉਹ ਸਰਗਰਮੀਆਂ ਖਤਮ ਹੋ ਗਈਆਂ 84 ਤੋਂ ਬਾਅਦ ਖਾਸ ਕਰਕੇ 82 ਤੋਂ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ 79 ਦੇ ਵਿੱਚ ਹੀ ਆਰਐਸਐਸ ਦੇ ਨਾਲ ਵੀ ਦਸਤਪੰਝਾ ਲੜਨਾ ਸ਼ੁਰੂ ਹੋ ਗਿਆ ਸੀ ਉਹਨਾਂ ਨੂੰ ਵੀ ਇਹ ਗੱਲਾਂ ਪਸੰਦ ਨਹੀਂ ਸੀ। ਨਾਗਪੁਰ ਦੇ ਵਿੱਚ ਬੰਜਾਰਿਆਂ ਦੇ ਸਾਹਮਣੇ ਲਈ ਸਭ ਤੋਂ ਪਹਿਲਾ ਪ੍ਰੋਜੈਕਟ ਜਿਹੜਾ ਹੈ ਉਹ ਸ਼੍ਰੋਮਣੀ ਸਿੱਖ ਸਮਾਜ ਤੇ ਗੁਰਮਤ ਮਿਸ਼ਨਰੀ ਕਾਲਜ ਵੱਲੋਂ ਸਥਾਪਿਤ ਕੀਤਾ ਗਿਆ ਸੀ। ਨਾਗਪੁਰ ਦੇ ਵਿੱਚ ਇੱਕ ਸਰਦਾਰ ਜੀ ਨੇ 4 ਏਕੜ ਜ਼ਮੀਨ ਸਾਨੂੰ ਦਿੱਤੀ ਸੀ। ਉੱਥੇ ਅਸੀਂ ਗੜੀ ਬਾਬਾ ਦੀਪ ਸਿੰਘ ਸਥਾਪਿਤ ਕਰਕੇ ਹੈੱਡਕੁਆਰਟਰ ਬਣਾ ਕੇ ਉੱਥੋਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ ਜਿਹਦਾ ਰਾਜਨੀਤਿਕ ਤੌਰ ਤੇ ਬਾਅਦ ਵਿੱਚ ਬਹੁਤ ਨੁਕਸਾਨ ਸਾਨੂੰ ਸਹਿਣਾ ਪਿਆ ਸੀ। ਫਿਰ ਉਹਨਾਂ ਦਿੱਲੀ ਵਾਲਿਆਂ ਨੇ ਜਿਹੜਾ ਗੁਰੂ ਸਾਹਿਬ ਜੀ ਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਂਤਾ ਕਲਾ ਹੈ ਜਿਹਦੇ ਪ੍ਰਿੰਸੀਪਲ ਬਲਜੀਤ ਸਿੰਘ ਸਨ ਅੱਜਕੱਲ ਡਾਇਰੈਕਟਰ ਐਜੂਕੇਸ਼ਨ ਨੇ ਇੱਥੇ ਕਈ ਵਾਰੀ ਫਿਰ ਗਏ ਨੇ ਉਹਨਾਂ ਲੋਕਾਂ ਨੇ ਫਿਰ ਉਹ ਜਿਹੜਾ ਸਕੂਲਜ ਆਰੰਭ ਕੀਤਾ ਉਹਨਾਂ ਉਸ ਕਾਲਜ ਦੀ ਆਪਣੇ ਤੌਰ ਤੇ ਬਹੁਤ ਵੱਡੀ ਦੇਣ ਹੈ ਉਥੋਂ ਏਡੇ ਏਡੇ ਵੱਡੇ ਵੱਡੇ ਪ੍ਰਚਾਰਕ ਪੈਦਾ ਕੀਤੇ ਅੱਜ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਿਹੜੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਉੱਥੇ ਗ੍ਰੰਥੀ ਦੂਸਰੇ ਨੰਬਰ ਤੇ ਉਹ ਸਾਬਜਾਦਾ ਜਯਾਰ ਸਿੰਘ ਚੌਂਤਾ ਕਲਾ ਤੋਂ ਪੜੇ ਹੋਏ ਨੇ ਦਿੱਲੀ ਦੇ ਵਿੱਚ ਜਦੋਂ ਆ ਆਰਐਸਐਸ ਦਾ ਗਲਵਾਜਾ ਨਹੀਂ ਪਿਆ ਸੀ ਅਜੇ ਬਹੁਤਿਆਂ ਸਿੰਘ ਸੁਭਾਵਾਂ ਦੇ ਵਿੱਚ ਤੇ ਡੀਜੀਐਮਸੀ ਦੇ ਅੰਡਰ ਚੱਲਣ ਵਾਲੇ ਗੁਰਦੁਆਰਿਆਂ ਦੇ ਜਿਹੜੇ ਗ੍ਰੰਥੀ ਸਿੰਘ ਨੇ ਉਹ ਚੌਂਤਾ ਕਲਾ ਵਾਲੇ ਸਾਬਜਾਦਾ ਜਯਾਰ ਸਿੰਘ ਮਿਸ਼ਨਰੀ ਕਾਲਜ ਤੋਂ ਪੜੇ ਹੋਏ ਨੇ ਜਦੋਂ ਇਹ ਸਾਰਾ ਕੁਝ ਚੱਲਦਾ ਸੀ ਤੇ ਇਹਦੇ ਨਾਲ ਜਿਹੜੇ ਦੂਸਰੇ ਲੋਕ ਨੇ ਜਿਨ੍ਹਾਂ ਦੀ ਆਪਣੀ ਇੱਕ ਸਨਾਤਨੀ ਸੋਚ ਸੀ ਉਹਨਾਂ ਦੇ ਵਿਰੋਧਾ ਵੀ ਸਾਹਮਣਾ ਕਰਨਾ ਪਿਆ 84 ਆਈ ਉਹ ਘੱਲੂ ਘਾਰਿਆਂ ਦੇ ਵਿੱਚ ਵੀ ਇਹ ਕੁਝ ਹੋਣਾ ਪਿਆ ਰਣਜੀਤ ਸਿੰਘ ਜਾਣਦੇ ਨੇ ਇਹ ਉਸ ਵੇਲੇ ਮੇਰੇ ਨਾਲ ਕੰਮ ਕਰਦੇ ਰਹੇ ਨੇ ਜਲੰਧਰ ਦੇ ਵਿੱਚ ਸਾਡੇ ਕੋਲ ਇੰਨੀ ਅਸੀਂ ਉਦੋਂ ਕ ਚੜ੍ਹਦੀ ਕਲਾ ਚੋਂ ਸੈਸ਼ਨ ਚੱਲਦਾ ਸੀ ਸਾਡਾ ਸਰਕਲ ਅਸੀਂ ਇੱਕ ਸਮੇਂ ਤੇ ਐਟ ਅ ਟਾਈਮ ਪੰਜ ਜਗ੍ਹਾ ਤੇ ਅਮਰ ਸੰਚਾਰ ਕਰ ਸਕਦੇ ਸਾਂ ਜਸਟ ਇਮੇਜਿਨ ਥੈਟ ਜਲੰਧਰ ਸਿਰਫ ਜਲੰਧਰ ਸਰਕਲ ਇੱਕ ਟਾਈਮ ਤੇ ਪੰਜ ਥਾਵਾਂ ਦੇ ਉੱਤੇ ਅਮਰ ਸੰਚਾਰ ਕਰ ਸਕਦਾ ਸੀ ਇੱਡੇ ਸਾਡੇ ਜਿਹੜੇ ਸੇਵਾਦਾਰ ਸਨ ਉਹ ਤਿਆਰ ਸਨ ਬਾਣੀ ਜਾਦ ਸੀ ਸਾਰਿਆਂ ਦੀ ਨਿਤਨੇਮੀ ਸਨ ਆਪਣਾ ਜੀਵਨ ਜੀਉਂਦੇ ਸਨ ਕਿਰਤੀ ਆਪਣਾ ਨਾਲ ਕਿਰਤ ਕਰਦੇ ਸਨ ਤਨਖਾਹ ਨਹੀਂ ਲੈਂਦਾ ਸੀ ਕੋਈ ਵੀ ਆਪਣੇ ਕੋਲੋਂ ਖਰਚਾ ਕਰਦੇ ਸਨ ਤੇ ਲੁਧਿਆਣੇ ਤੇ ਸਰਾਹਰ ਭਜਨ ਸਿੰਘ ਹੋਰਾਂ ਨੇ ਉਹ ਜਿਹੜਾ 2 ਸਾਲਾ ਡਾਕਰਾਈ ਕੋਰਸ ਚੱਲਦਾ ਸੀ ਉਹਨੂੰ ਸੰਭਾਲਿਆ ਸਿੱਖ ਫਲਵਾੜੀ ਦੇ ਨਾਂ ਦੇ ਉੱਤੇ ਮੈਗਜ਼ੀਨ ਸ਼ੁਰੂ ਕੀਤਾ ਜਿਹੜਾ ਅੱਜ ਪੰਜਾਬੀ ਦਾ ਧਾਰਮਿਕ ਮੈਗਜ਼ੀਨ ਪੂਰੇ ਸੰਸਾਰ ਦੇ ਵਿੱਚੋਂ ਸਭ ਤੋਂ ਵੱਧ ਗਿਣਤੀ ਦੇ ਵਿੱਚ ਛਪਦਾ ਤੇ ਪੜਿਆ ਜਾਂਦਾ ਹੈ ਤੇ ਜਿਹੜਾ 2 ਸਾਲਾ ਕੋਰਸ ਹੈ ਉਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਪੜਿਆ ਜਾਂਦਾ ਹੈ ਉਹਦੇ ਬਕਾਇਦਾ ਐਗਜ਼ਾਮ ਹੁੰਦੇ ਨੇ ਉਸ ਤੋਂ ਬਾਅਦ ਸਰਟੀਫਿਕੇਟ ਦਿੱਤਾ ਜਾਂਦਾ ਹੈ ਬਹੁਤ ਸਾਰੇ ਲੋਕਾਂ ਨੇ ਉਹ 2-2 ਸਾਲਾ ਜਿਹੜਾ ਮਿਸ਼ਨਰੀ ਕਾਲਜ ਦਾ ਕੋਰਸ ਹੈ ਉਹ ਕੀਤਾ ਹੋਇਆ ਸਹਾਰ ਭਜਨ ਸਿੰਘ ਹੋਰੀ 14-14 ਘੰਟੇ ਲਗਾਤਾਰ ਦਫਤਰ ਦੇ ਵਿੱਚ ਬੈਠ ਕੇ ਕਾਲਜ ਦਾ ਕੰਮ ਕਰਦੇ ਸਨ ਇਥੋਂ ਤੱਕ ਪਈ 17 1982 ਚ ਅਮਰੋਸਰ ਸਟਾਲ ਲਾ ਕੇ ਵਾਪਸ ਆਏ ਤੇ ਲੁਧਿਆਣੇ ਬੱਸ ਅੱਡੇ ਦੇ ਉੱਤੇ ਉਤਰਦੇ ਆਏ ਉਹਨਾਂ ਦਾ 10 ਸਾਲ ਦਾ ਇੱਕੋ ਇੱਕ ਪੁੱਤਰ ਐਕਸੀਡੈਂਟ ਹੋ ਕੇ ਮਰ ਗਿਆ ਤੇ ਉਸੇ ਜਗ੍ਹਾ ਤੇ ਬੈਠ ਕੇ ਸੋਲੇ ਦਾ ਪਾਠ ਕਰਕੇ ਅਰਦਾਸ ਕਰਕੇ ਘਰ ਆ ਗਏ ਆ ਕੇ ਸੰਸਕਾਰ ਕਰਨ ਤੋਂ ਬਾਅਦ ਦੁਬਾਰਾ ਫਿਰ ਦਫਤਰ 'ਚ ਬੈਠ ਗਏ ਕੰਮ ਕਰਨਾ ਸ਼ੁਰੂ ਕਰ ਦਿੱਤਾ ਦੁਨੀਆਦਾਰਾਂ ਵਾਂਗੂ ਮਤਲਬ ਆਪਣਾ ਟਾਈਮ ਵੇਸਟ ਨਾ ਕਰਕੇ ਕਈ ਵਾਰੀ ਉਹਨਾਂ ਦੇ ਐਕਸੀਡੈਂਟ ਹੋਏ ਦੋ ਵਾਰੀ ਉਹਨਾਂ ਦਾ ਹਾਰਟ ਬਾਈਪਾਸ ਹੋਇਆ ਬਹੁਤ ਸਾਰੀਆਂ ਮੁਸ਼ਕਲਾਂ ਵਿੱਚ ਦੀ ਲੰਘਦੇ ਹੋਏ ਉਹਨਾਂ ਨੇ ਇਹ ਸਾਰਾ ਜਿਹੜਾ ਆਪਣਾ ਸਫਰ ਹੈ ਗੁਰਮਤ ਪ੍ਰਚਾਰ ਦਾ ਉਹ ਸਿਰੇ ਚੜ੍ਹਿਆ ਅੱਜ ਮੈਂ ਜਦੋਂ ਨਿਗਾਹ ਮਾਰ ਕੇ ਵੇਖਦਾ ਹਾਂ ਸਰਾਹਰ ਭਜਨ ਸਿੰਘ ਵਰਗੇ ਡੈਡੀਕੇਟਿਡ ਪੰਥ ਨੂੰ ਸਮਰਪਿਤ ਜਿਹੜੇ ਲੋਕ ਨੇ ਉਹਨਾਂ ਨੂੰ ਉਂਗਲਾਂ ਤੇ ਗਿਣਿਆ ਜਾ ਸਕਦਾ ਅਸੀਂ ਆਮ ਤੌਰ ਤੇ ਕਹਿੰਨੇ ਆ ਅਸੀਂ ਉਂਗਲਾਂ ਤੇ ਪੋਟਿਆਂ ਤੇ ਗਿਣ ਸਕਦੇ ਹਾਂ ਜੇ ਪੋਟਿਆਂ ਤੇ ਗਣੀਏ ਤਾਂ 15 ਗਿਣਤੀ ਬਣਦੀ ਹੈ ਉਂਗਲਾਂ ਤੇ ਗਣੀਏ ਤਾਂ 5 ਹੀ ਬਣਦੀ ਹੈ ਇਹੋ ਜਿਹੇ ਲੋਕ ਉਂਗਲਾਂ ਤੇ ਗਿਣੇ ਜਾਣ ਜੋ ਗੁਣੇ ਜਾ ਸਕਦੇ ਨੇ ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ ਬਹੁਤ ਥੋੜੀ ਗਿਣਤੀ ਚ ਉਹਨਾਂ ਇਹ ਕੰਮ ਕੀਤਾ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ 1976 ਤੋਂ ਲੈ ਕੇ 1980 ਤੱਕ ਇਸ ਦੇਸ਼ 'ਚ ਆਉਣ ਤੱਕ ਸਹਾਰ ਭਜਨ ਸਿੰਘ ਹੋਰਾਂ ਦੇ ਨਾਲ ਬਹੁਤ ਨੇੜੇ ਰਹਿ ਕੇ ਕੰਮ ਕੀਤਾ ਤੇ ਹਰਜੀਤ ਸਿੰਘ ਜਿਹੜੇ ਅੱਜ ਇਸ ਕਾਲਜ ਦੇ ਚੇਅਰਮੈਨ ਬਣੇ ਨੇ ਉਹ ਮੇਰੇ ਵਿਦਿਆਰਥੀ ਰਹੇ ਨੇ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਦੂਸਰੀ बार-बार ਜਦੋਂ ਅਸੀਂ ਇਹ ਗੱਲ ਕਰਦੇ ਹਾਂ ਤੁਸੀਂ ਸਾਰੇ ਹੀ ਸਿਆਣੇ ਸੱਜਣ ਬੈਠੇ ਹੋ ਤੁਹਾਨੂੰ ਪਤਾ ਹੈ ਜਦੋਂ ਅਸੀਂ ਸਿਧਾਂਤ ਦੀ ਗੱਲ ਕਰਦੇ ਹਾਂ ਪੰਥਕ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ ਪੰਥਕ ਇਕਤਾ ਦੀ ਗੱਲ ਕਰਦੇ ਹਾਂ ਸਨਾਤਨੀ ਵਿਚਾਰਧਾਰਾ ਦਾ ਵਿਰੋਧ ਕਰਦੇ ਹਾਂ ਕੋਈ ਇਹ ਭਲੇਖੇ ਚ ਨਾ ਰਹੇ ਮਿਸ਼ਨਰੀ ਮੂਵਮੈਂਟ ਜਿਹੜੀ ਹੈ ਉਹ ਸਨਾਤਨੀ ਵਿਚਾਰਧਾਰਾ ਦੇ ਵਿਰੋਧ ਵਿੱਚ ਖੜੀ ਹੈ ਇਹ ਗੱਲ ਮੈਂ ਇਸ ਦੇਸ਼ ਦੇ ਵਿੱਚ ਸ਼ਾਇਦ ਮਿਸ਼ਨਰੀ ਮੂਵਮੈਂਟ ਦਾ ਸਭ ਤੋਂ ਸੀਨੀਅਰ ਮੈਂਬਰ ਹੋਣ ਦੇ ਤੌਰ ਤੇ ਦਾਅਵੇ ਨਾਲ ਕਹਿ ਰਿਹਾ ਸੰਗਤ ਦੇ ਸਾਹਮਣੇ ਮਿਸ਼ਨਰੀ ਮੂਵਮੈਂਟ ਜਿਹੜੀ ਹੈ ਉਹ ਕੋਈ ਵੀ ਹੋਵੇ ਉਹ ਸਨਾਤਨੀ ਵਿਚਾਰਧਾਰਾ ਜਿਹੜੀ ਬ੍ਰਾਹਮਣਵਾਦ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਈ ਕੁਝ ਪੈਦਾ ਕਰ ਦਿੱਤਾ ਹੈ ਉਹਦੇ ਵਿਰੋਧ ਵਿੱਚ ਖੜੀ ਹੈ ਤੇ ਉਹਦੇ ਵਿਰੋਧ ਵਿੱਚ ਖੜ ਕੇ ਉਹਦੇ ਨਾਲ ਲੜਾਈ ਲੜਦੀ ਆਈ ਹੈ ਤੇ ਲੜਦੀ ਰਹੇਗੀ ਇਸੇ ਕਰਕੇ ਹੀ ਉਹਨਾਂ ਨੂੰ ਵੀ ਉਹਨਾਂ ਨੇ ਆਪਣੇ ਵਾਂਗੂ ਇੱਕ ਧੜੇ ਦੇ ਰੂਪ ਦੇ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਅਸੀਂ ਕਦੇ ਦਾਵਾ ਨਹੀਂ ਕੀਤਾ ਜਲੰਧਰ ਸਰਕਲ ਦੇ ਵਿੱਚ ਰਣਜੀਤ ਸਿੰਘ ਮੇਰੇ ਤੋਂ ਬਾਅਦ ਵਿੱਚ ਆਇਆ ਇਹਦੀ ਕੋਈ ਗਿਣਤੀ ਜ਼ਿਆਦਾ ਮੇਰੇ ਨਾਲ ਕਰੈਕਟ ਹੋਣੀ ਹੈ ਜਲੰਧਰ ਦੇ ਵਿੱਚ ਜਿਹੜੇ ਸਾਡੇ ਸੀਨੀਅਰ ਮੈਂਬਰ ਸਨ ਸਾਡੇ ਸਰਕਲ ਦੇ ਉਹਨਾਂ ਵਿੱਚੋਂ 12 ਤੋਂ ਬਹੁਤੇ ਨੌਜਵਾਨ 84 ਵਾਲੇ ਘੱਲੂ ਘਾਰੇ ਦੇ ਜਿੰਨੇ ਉਹ ਜਿਹੜੇ ਪੀਰੀਅਡ ਸੀ 1982 ਤੋਂ ਲੈ ਕੇ ਉਹ ਸ਼ਹੀਦ ਹੋਏ ਸਨ ਅਸੀਂ ਕਦੇ ਦਾਵਾ ਨਹੀਂ ਕੀਤਾ ਮਿਸ਼ਨਰੀ ਕਾਲਜੇਸ ਨੇ ਕਦੇ ਇਹ ਦਾਵਾ ਨਹੀਂ ਕੀਤਾ ਕਿ ਅਸੀਂ ਇੰਨੇ ਸ਼ਹੀਦ ਪੈਦਾ ਕੀਤੇ ਨੇ ਅਸੀਂ ਕਦੇ ਦਾਵਾ ਨਹੀਂ ਕੀਤਾ ਕਿ ਅਸੀਂ ਏਡੇ ਏਡੇ ਪ੍ਰਚਾਰਕ ਤਿਆਰ ਕੀਤੇ ਨੇ ਅਸੀਂ ਕਦੇ ਇਹ ਦਾਵਾ ਨਹੀਂ ਕੀਤਾ ਕਿ ਅਸੀਂ ਏਡੀ ਸੇਵਾ ਕੀਤੀ ਹੈ ਤੇ ਪੰਥ ਵਿੱਚੋਂ ਸਾਨੂੰ ਵੀ ਇੰਨਾ ਕੋ ਹਿੱਸਾ ਮਿਲਣਾ ਚਾਹੀਦਾ ਹੈ ਨਾ ਅਸੀਂ ਇੱਕ ਹੀ ਗੱਲ ਕੀਤੀ ਹੈ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਕਰਦੇ ਹਾਂ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪੰਥ ਦੀ ਗੱਲ ਕਰੇਗਾ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਤੇ ਉਹਦੇ ਮੋਰੇ ਮੈਂ ਇੱਕ ਅੰਡਰਲਾਈਨ ਕਰਦੇ ਆ ਸਿਰਫ ਓਨਲੀ ਐਂਡ ਓਨਲੀ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੱਲ ਕਰਦਾ ਉਹ ਸਾਡਾ ਭਰਾ ਹੈ ਸਾਡੀ ਭੈਣ ਹੈ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਦੇ ਉੱਤੇ ਕਿਸੇ ਸ਼ਰੀਕ ਨੂੰ ਪੈਦਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕਰਕੇ ਕਿਸੇ ਹੋਰ ਦੀ ਗੱਲ ਕਰੇਗਾ ਅਸੀਂ ਉਹਦਾ ਵਿਚਾਰਧਾਰਕ ਤੌਰ ਦੇ ਉੱਤੇ ਜਾਂ ਕਿਸੇ ਵੀ ਪਲੇਟਫਾਰਮ ਦੇ ਉੱਤੇ ਅਸੀਂ ਉਹਦਾ ਵਿਰੋਧ ਕਰਾਂਗੇ ਕਰਦੇ ਆਏ ਆ ਕਰਦੇ ਰਵਾਂਗੇ ਇਹ ਗੱਲ ਸਪਸ਼ਟ ਹੈ ਅਸੀਂ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਕਿਸੇ ਕਿਸਮ ਦੀ ਕੋਈ ਮਦਦ ਨਹੀਂ ਲਈ ਸਾਹਰ ਭਜਨ ਸਿੰਘ ਹੋਰਾਂ ਦੇ ਸਬੰਧ ਵਿੱਚ ਇਹ ਇੱਕ ਅਲੀਗੇਸ਼ਨ ਲੱਗਦਾ ਸੀ ਮੈਂ ਇਹ ਸ਼ਬਦ ਵਰਤਲਾਂ ਮੇਰੇ ਵੱਡੇ ਭਰਾਵਾਂ ਦੇ ਤੌਰ ਤੇ ਨੇ ਮੈਨੂੰ ਇਹ ਹੱਕ ਹੈ ਜਿਵੇਂ ਸਰਜਿੰਦਰ ਸਿੰਘ ਹੋਰਾਂ ਨੇ ਕਿਹਾ ਐਮਰੀਕ ਸਿੰਘ ਨੇ ਵੀ ਕਿਹਾ ਕਿ ਵਿਦਾਂਤੀ ਹੋਰਾਂ ਦੇ ਸਬੰਧ ਵਿੱਚ ਬਹੁਤ ਸਾਰੇ ਲੋਕਾਂ ਨੇ 네ਗੇਟਿਵ ਗੱਲਾਂ ਕੀਤੀਆਂ। 네ਗੇਟਿਵ ਅਸੀਂ ਬਹੁਤ ਕਰ ਲਈ ਨੇ ਕਿਉਂਕਿ ਸੌਖੀ ਗੱਲ ਬੜੀ ਆ ਉਹ। ਜਦੋਂ ਚੰਗੀ ਗੱਲ ਕਰਾਂਗੇ ਤਾਂ ਫਿਰ ਉਹਦੇ ਲਈ ਸਾਨੂੰ ਮਿਹਨਤ ਕਰਕੇ ਉਹਦੇ ਬਰਾਬਰ ਆਉਣ ਦੀ ਲੋੜ ਪੈਂਦੀ ਹੈ। ਹਰਪ੍ਰਜਨ ਸਿੰਘ ਹੋਰਾਂ ਦੇ ਸਬੰਧ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਹੈ ਕਿ ਹਰਪ੍ਰਜਨ ਸਿੰਘ ਟੀਮ ਵਰਕਰ ਨਹੀਂ ਸੀ। ਉਹ ਆਪਣੇ ਨਾਲ ਟੀਮ ਨਹੀਂ ਜੋੜਦੇ ਸਨ। ਉਹ ਕਿਸੇ ਦਾ ਸਹਿਯੋਗ ਨਹੀਂ ਲੈਂਦੇ ਸਨ। ਇਹਦੇ ਪਿੱਛੇ ਮੈਨੂੰ ਇਹ ਸਮਝ ਆਉਂਦੀ ਹੈ ਕਿਉਂਕਿ ਜਦੋਂ ਅਸੀਂ ਪੁਰਾਣੇ ਸਮੇਂ ਦੇ ਵਿੱਚ ਕੰਮ ਕਰਦੇ ਰਹੇ ਹਾਂ ਸਾਨੂੰ ਪਤਾ ਹੈ ਕਿ ਜਦੋਂ ਕਿਸੇ ਦੀ ਮਦਦ ਲੈਣੀ ਹੁੰਦੀ ਹੈ ਤੇ ਉਹਦੀਆਂ ਕਈ ਆਬਲੀਗੇਸ਼ਨਸ ਹੁੰਦੀਆਂ ਉਹ ਫਿਰ ਕਈ ਕਿਸਮ ਦੇ ਨਾਲ ਇੰਟਰਫੀਅਰੈਂਸ ਕਰਨ ਦੀ ਕੋਸ਼ਿਸ਼ ਕਰਦਾ ਹੈ ਮਿਸ਼ਨਰੀ ਮੂਵਮੈਂਟ ਜਿਹੜੀ ਹੈ ਉਹ ਕਦੇ ਕਿਸੇ ਦਾ ਦਖਲ ਬਰਦਾਸ਼ਤ ਨਹੀਂ ਕਰਦੀ ਉਹਦਾ ਕਾਰਨ ਇਹ ਹੀ ਹੈ ਕਿ ਅਸੀਂ ਉਹਨੂੰ ਉਹ ਵਿਚਾਰਧਾਰਾ ਨੂੰ ਡਿਲੀਊਟ ਨਹੀਂ ਕਰਨਾ ਚਾਹੁੰਦੇ ਉਹਨੂੰ ਪੇਤਲਾ ਕਰਨਾ ਨਹੀਂ ਚਾਹੁੰਦੇ ਬਹੁਤ ਸਾਰੇ ਲੋਕਾਂ ਨੇ ਬੜੇ ਅਲੀਗੇਸ਼ਨਸ ਲਗਾਏ ਨੇ ਇਹ ਮਿਸ਼ਨਰੀ ਕਾਲਜਿਸਟ ਨਾਸਤਕ ਨੇ ਇਹ ਮਿਸ਼ਨਰੀ ਕਾਲਜਿਸਟ ਇਸ ਤਰੀਕੇ ਦੇ ਨੇ ਇਹ ਨੇ ਉਹ ਭਾਈ ਜੇ ਸ੍ਰੀ ਜੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਰਹਿਤ ਮਰਿਆ ਦਾ ਮਿਸ਼ਨਰੀ ਕਾਲਜ ਨੇ ਨਹੀਂ ਬਣਾਈ ਤੇ ਰਹਿਤ ਮਰਿਆ ਦਾ ਬਣਾਉਣ ਸਮੇਂ ਵੀ ਮਿਸ਼ਨਰੀ ਕਾਲਜ ਦਾ ਕੋਈ ਹੱਥ ਨਹੀਂ ਸੀ ਵਿੱਚ ਉਹਦੇ ਉਹ ਪੰਥ ਨੇ ਬਣਾਇਆ ਹੋਇਆ ਡਾਕੂਮੈਂਟ ਹੈ ਜਦੋਂ ਤੱਕ ਪੰਥ ਉਹਦੇ ਵਿੱਚ ਹੋਰ ਸੋਧਾ ਨਹੀਂ ਕਰੇਗਾ ਇੱਕੋ ਇੱਕ ਪੰਥ ਦਾ ਫੈਸਲਾ ਸਿਕ ਰਹਿਤ ਮਰਿਆ ਦਾ ਰੂਪ ਦੇ ਵਿੱਚ ਹੈ ਮਿਸ਼ਨਰੀ ਕਾਲਜਸ ਦੇ ਮਿਸ਼ਨਰੀ ਲਹਿਰ ਦੇ ਸਾਰੇ ਜਿੰਨੇ ਸੇਵਾਦਾਰ ਨੇ ਉਹ ਉਸ ਸਿਕ ਰਹਿਤ ਮਰਿਆ ਦਾ ਦੇ ਉੱਤੇ ਪਹਿਰਾ ਦਿੰਦੇ ਰਹਿਣਗੇ ਹੋ ਸਕਦਾ ਨਿੱਜੀ ਤੌਰ ਤੇ ਮੇਰੇ ਕੋ ਮਤਭੇਦ ਹੋਣ ਸੰਭਵ ਹੈ ਪੋਸੀਬਲ ਹੈ ਕਿ ਉਹਦੇ ਵਿੱਚੋਂ ਕੁਝ ਇੱਕ ਐਸੀਆਂ ਗੱਲਾਂ ਹੋਣ ਜਿਹਦੇ ਨਾਲ ਮੈਂ ਨਿੱਜੀ ਤੌਰ ਤੇ ਸਹਿਮਤ ਨਾ ਹੋਵਾਂ ਪਰ ਮਿਸ਼ਨਰੀ ਮੂਮੈਂਟ ਦਾ ਮਿਸ਼ਨਰੀ ਲਹਿਰ ਦਾ ਹਿੱਸਾ ਹੋਣ ਦੇ ਤੌਰ ਦੇ ਉੱਤੇ ਮੈਨੂੰ ਕੋਈ ਅਧਿਕਾਰ ਨਹੀਂ ਹੈ ਬਿਲਕੁਲ ਕੋਈ ਅਧਿਕਾਰ ਨਹੀਂ ਹੈ ਕਿ ਮੈਂ ਸੰਗਤ ਦੇ ਵਿੱਚ ਰਹਿਤ ਮਰਿਆਦਾ ਵਿੱਚ ਲਿਖੇ ਇੱਕ ਵੀ ਸ਼ਬਦ ਦੇ ਖਿਲਾਫ ਕੋਈ ਗੱਲ ਕਰਾਂ ਬੇਸ਼ੱਕ ਮੇਰੇ ਨਿੱਜੀ ਰਾਏ ਕੋਈ ਵੀ ਕਿਉਂ ਨਾ ਹੋਵੇ ਇਸ ਸ਼ਕਤੀ ਦੇ ਨਾਲ ਮਿਸ਼ਨਰੀ ਕਾਲਜ ਦੇ ਜਿਹੜੇ ਸੇਵਾਦਾਰ ਸਨ ਉਹ ਪੈਰਾ ਦਿੰਦੇ ਰਹੇ ਨੇ ਦਿੰਦੇ ਆਏ ਨੇ ਇਹਦਾ ਮਤਲਬ ਇਹ ਨਹੀਂ ਕਿ ਪ੍ਰਾਪਤੀਆਂ ਨਹੀਂ ਹੋਈਆਂ ਰਜਿੰਦਰ ਸਿੰਘ ਜੀ ਕਹਿ ਰਹੇ ਸਨ ਕਿ ਅੱਜ ਜਦੋਂ ਸਾਰੇ ਪਾਸੇ ਨਾਸਤਿਕਤਾ ਫੈਲੀ ਹੋਈ ਹੈ ਮੈਂ ਜਦੋਂ ਮਿਸ਼ਨਰੀ ਕਾਲਜ ਜੁਆਇਨ ਕੀਤਾ ਸੀ ਮੈਂ ਨੈਕਸਟ ਸਲਾਈਡ ਮੂਮੈਂਟ ਦਾ ਵਿੱਚ ਦਾ ਹਿੱਸੇਦਾਰ ਸਾਂ ਜਿਹੜੇ ਗੁਰਬਖਸ਼ ਸਿੰਘ ਅੱਜਕੱਲ ਅਮਰੀਕਾ ਚਲੇ ਗਏ ਨੇ ਡੀਨ ਸੀ ਪੀ ਐਚ ਪੀ ਯੂ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਤੇ ਮੈਂ ਉਦੋਂ ਬੈਂਸ ਕਰਨ ਵਾਸਤੇ ਗਿਆ ਸੀ ਕਿ ਲੋਕਾਂ ਨੂੰ ਤੁਸੀਂ ਪੁੱਠੇ ਪਾਸੇ ਪਾਉਨੇ ਹੋ ਤੇ ਉਹਨਾਂ ਨੇ ਮੈਨੂੰ ਬਿਠਾਲ ਕੇ ਨਾ ਖਿੱਚ ਕੇ ਇਦਾਂ ਬਿਠਾਇਆ ਜਦੋਂ ਮੈਂ ਗੱਲ ਕਰਨ ਲੱਗਿਆ ਤਾਂ ਮੈਨੂੰ ਕਹਿੰਦੇ ਚੁੱਪ 10 ਮਿੰਟ ਮੈਂ ਬੋਲਾਂਗਾ ਉਸ ਤੋਂ ਬਾਅਦ ਜਿੰਨਾ ਸਮਾਂ ਵੀ ਤੁਸੀਂ ਬੋਲਣਾ ਹੋਇਆ ਮੈਂ ਤੁਹਾਡੀ ਗੱਲ ਸੁਣਾਗਾ ਪਰ 10 ਮਿੰਟ ਤੁਸੀਂ ਨਹੀਂ ਬੋਲ ਸਕਦੇ ਮੈਂ ਬੋਲਾਂਗਾ ਤੇ ਤੁਸੀਂ ਸੁਣੋਗੇ ਯਕੀਨ ਜਾਣੋ ਮਹਾਰਾਜ ਦੀ ਹਜ਼ੂਰੀ ਵਿੱਚ ਸੰਗਤ ਦੇ ਸਾਹਮਣੇ ਮੈਂ ਇਹ ਗੱਲ ਨੂੰ ਪ੍ਰਵਾਨ ਕਰਦਾ ਮੈਂ 5 ਮਿੰਟ ਵੀ ਉਹਨਾਂ ਦੀ ਗੱਲ ਨਹੀਂ ਸੁਣ ਸਕਿਆ ਸਾ ਤੇ ਉਹਨਾਂ ਨੇ 5 ਮਿੰਟ ਬਾਅਦ ਮੇਰਾ ਮੋਢਾ ਗੋਡਾ ਫੜ ਕੇ ਨਾ ਹੁਣ ਰੋਈ ਕਿਉਂ ਜਾਣਾ ਹੈ ਬੋਲਦਾ ਕਿਉਂ ਨਹੀਂ ਹੁਣ ਕਿੱਥੇ ਨੇ ਤੇਰੇ ਸਵਾਲ ਮੈਸੇਜ ਖਤਮ ਹੋ ਗਿਆ ਹੁਣ ਕੋਈ ਸਵਾਲ ਨਹੀਂ ਰਿਹਾ ਕੀ ਕਰਨਾ ਹੁਣ ਮੈਸੇਜ ਮੈਨੂੰ ਦਾਖਲਾ ਦੇ ਦਿਓ ਮੈਂ ਪੜ ਲੈ ਬਥੇਰਾ ਪੜ ਲਿਆ ਤੂੰ ਮੈਂ ਨਹੀਂ ਜੀ ਮੈਂ ਇਹ ਪੜਨਾ ਹੈ ਹਾਲਾਂਕਿ ਪਰਿਵਾਰ ਦਾ ਪਿਛੋਕੜ ਧਾਰਮਿਕ ਸੀ ਬਚਪਨ ਤੋਂ ਇਹੇ ਕੁਛ ਦੇਖਦੇ ਆਏ ਸਾਂ ਪਰ ਸਮੇਂ ਦੀ ਹਵਾ ਜਿਹੜੀ ਉਹਦਾ ਅਸਰ ਹੁੰਦਾ ਹੈ ਤੇ ਉਹਨਾਂ ਨੇ ਉਸ ਵੇਲੇ ਇੱਕ ਸ਼ਬਦ ਕਿਹਾ ਸੀ ਅਸੀਂ ਇੱਥੇ ਕਿਤਾਬਾਂ ਵੇਚਣ ਵਾਸਤੇ ਸਟਾਲ ਨਹੀਂ ਲਾਉਂਦੇ ਇਹ ਸਟਾਲ ਜਿਹੜਾ ਲਾਇਆ ਕਿਤਾਬਾਂ ਵੇਚਣ ਵਾਸਤੇ ਨਹੀਂ ਲਾਇਆ ਅਸੀਂ ਤਾਂ ਛਾੜਨਾ ਲਾਇਆ ਹੈ ਛਾੜਨਾ ਇਹ ਛਾੜਨਾ ਲਾ ਕੇ ਅਸੀਂ ਕੌਮ ਦੇ ਹੀਰੇ ਇਕੱਠੇ ਕਰਦੇ ਹਾਂ ਉਹ ਲੋਕੀ ਲਵਦੇ ਫਿਰਦੇ ਹਾਂ ਜਿਹੜੇ ਇਸ ਖੇਤਰ 'ਚ ਆ ਕੇ ਮਿਹਨਤ ਕਰਨ ਤੇ ਗੱਲ ਅਗਲੀ ਕਰਨ ਤੁਹਾਡੇ ਕੋਲ 6 ਮਹੀਨੇ ਨੇ ਸਿਰਫ ਸਿਰਫ 6 ਮਹੀਨੇ 6 ਮਹੀਨੇ ਤੋਂ ਬਾਅਦ ਤੁਸੀਂ ਮੋੜ ਲਿਆ ਮੋੜ ਲਈ ਕਤਾਰ 'ਚ ਖੜਕੇ ਬਾਕੀ ਸੀਨੀਅਰ ਲੋਕਾਂ ਵਾਂਗੂ ਕੰਮ ਕਰਨਾ ਹੈ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਿੱਖੀ ਤੇ ਸਮਾਜਵਾਦ ਜਿਹੜੀ ਕੰਪੈਰੀਟਿਵ ਸਬਜੈਕਟ ਸੀ ਮੇਰਾ ਕਮਿਊਨਿਜ਼ਮ ਤੇ ਗੁਰਮਤ ਉਹ ਤੇ ਹੋਰ ਤਿੰਨ ਸਬਜੈਕਟ ਮੈਨੂੰ ਜਿਹੜੇ ਦਿੱਤੇ ਸੀ ਮੈਂ ਪੂਰੇ ਭਾਰਤ ਦੇ ਵਿੱਚ ਮਿਸ਼ਨਰੀ ਕਾਲਜ ਦੇ ਪਲੇਟਫਾਰਮ ਤੋਂ ਉਹਨਾਂ ਉੱਤੇ ਲੈਕਚਰ ਕਰਨ ਵਾਸਤੇ ਘੁੰਮਿਆ ਮੈਂ ਜਾਂਦਾ ਰਿਹਾ ਤੇ ਹਾਲੇ ਹੁੰਦਾ ਸੀ ਕਿਰਾਇਆ ਵੀ ਨਹੀਂ ਹੁੰਦਾ ਸੀ ਕੋਲ ਜੇਬ ਦੇ ਵਿੱਚ ਤੇ ਕਦੇ ਨਹੀਂ ਸੀ ਮੰਗਿਆ ਕਦੇ ਕਿਸੇ ਕੋਲੋਂ ਕਿਸੇ ਗੁਰਦੁਆਰੇ ਨੂੰ ਨਹੀਂ ਸੀ ਕਿਹਾ ਅਸੀਂ ਚੱਲ ਕੇ ਆਏ ਆ ਅਮਰ ਸੰਚਾਰ ਕਰਨ ਵਾਸਤੇ ਤੇ ਸਾਡਾ ਇਨਾ ਖਰਚਾ ਹੋ ਗਿਆ ਸਾਨੂੰ ਦੇ ਦਿਓ ਨਾ ਕਦੇ ਕਿਸੇ ਕੋਲੋਂ ਕਦੇ ਕੁਝ ਨਹੀਂ ਸੀ ਮੰਗਿਆ ਅੱਜ ਲੁਧਿਆਣੇ ਵਾਲਾ ਜਿਹੜਾ ਕਾਲਜ ਐ ਸੈਕ ਮਿਸ਼ਨਰੀ ਕਾਲਜ ਉਹ ਮਾਇਕ ਤੌਰ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਸੋਲਿਡ ਹੈ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਤੇ ਇਹ ਕ੍ਰੈਡਿਟ ਸਾ ਹਰਪ੍ਰੀਤ ਸਿੰਘ ਹੋਰਾਂ ਨੂੰ ਜਾਂਦਾ ਹੈ ਇਹ ਗੱਲਾਂ ਕਰਨੀਆਂ ਕੋਈ ਜ਼ਰੂਰੀ ਸਨ ਤਾਂ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਭਲੇਖਾ ਹੈ ਕਿ ਜਿਵੇਂ ਬਾਕੀ ਸਾਧ ਤੁਰੇ ਫਿਰਦੇ ਨੇ ਆਪਣੇ ਆਪਣੇ ਡੇਰੇ ਬਣਾ ਕੇ ਆਪਣੇ ਆਪਣੇ ਗੋਡੀਆਂ ਹੱਥ ਲਵਾ ਕੇ ਦੁੱਧ ਚ ਬਾਦਾਮ ਰਗੜ ਰਗੜ ਕੇ ਪੀਣ ਪਰਉਣ ਵਾਲੇ ਸ਼ਾਇਦ ਮਿਸ਼ਨਰੀ ਵੀ ਇਹੋ ਜਿਹੇ ਹੁੰਦੇ ਨੇ ਮੈਨੂੰ ਯਾਦ ਹੈ ਮੁਕਸਰ ਦੇ ਵਿੱਚ ਮਾਗੀ ਦੇ ਮੇਲੇ ਤੇ ਸਾਰੀ ਸਾਰੀ ਰਾਤ ਪ੍ਰਕਰਮਾਂ ਦੇ ਵਿੱਚ ਨੰਗੇ ਪੈਰੀਂ ਸਟਾਲ ਤੇ ਖੜਨਾ ਬੜਾ ਔਖਾ ਸੀ ਕੰਮ ਉਹ ਤੇ ਉਹਨਾਂ ਉਹਨਾਂ ਵਿੱਚੋਂ ਲੰਘ ਕੇ ਉਸ ਪ੍ਰੋਸੈਸ ਵਿੱਚੋਂ ਲੰਘ ਕੇ ਅਸੀਂ ਲੋਕ ਜਿਹੜੇ ਸੀਗੇ ਪੂਰੇ ਸੰਸਾਰ ਦੇ ਵਿੱਚ ਵਿਚਰੇ ਮੈਨੂੰ ਯਾਦ ਆ ਉਸ ਵੇਲੇ ਦੇ ਉਸ ਵੇਲੇ ਇੱਕ ਬਹੁਤ ਵੱਡੇ ਵਿਦਵਾਨ ਨੇ ਕਿਹਾ ਸੀ ਗੋਇੰਦਵਾਲ ਸਾਹਿਬ ਦੇ ਸਮਾਗਮ ਤੋਂ ਬਾਅਦ ਮੈਨੂੰ ਪਤਾ ਹੈ ਤੁਸੀਂ ਗਿਆਨੀ ਭਾਗ ਸਿੰਘ ਅੰਬਾਲੇ ਵਾਲੇ ਦੇ ਪਾਲਤੂ ਗੁੰਡੇ ਹੋ ਮੈਂ ਅੱਜ ਉਹਨਾਂ ਦਾ ਬਹੁਤ ਸਤਿਕਾਰ ਆ ਪੰਥ ਵਿੱਚ ਸਾਡੇ ਚ ਨਹੀਂ ਰਹੇ ਅੱਜ ਉਹ ਜੇ ਹੁੰਦੇ ਤੇ ਮੈਂ ਉਹਨਾਂ ਦਾ ਨਾਮ ਦੱਸ ਦਿੰਦਾ ਇੱਥੋਂ ਤੱਕ ਸਾਨੂੰ ਸੁਣਨਾ ਪਿਆ ਸੀ ਕਿ ਇਹ ਤੇ ਗੁੰਡੇ ਨੇ ਫਲਾਣੇ ਫਲਾਣੇ ਬੰਦੇ ਦੇ ਪਾਲੇ ਹੋਏ ਪਰ ਅਸੀਂ ਫੇਰ ਵੀ ਆਪਣੀ ਧੁੰਨ ਦੇ ਵਿੱਚ ਉਸ ਸਤਿਗੁਰੂ ਦਾ ਪੰਥ ਦਾ ਓਟ ਆਸਰਾ ਲੈ ਕੇ ਚੱਲਦੇ ਰਹੇ ਹਰਭਜਨ ਸਿੰਘ ਹੋਰਾਂ ਦੀ ਨਿਵ ਗਈ ਸਤਿਗੁਰੂ ਕਿਰਪਾ ਕਰੇ ਸਾਡੀ ਵੀ ਇਸੇ ਤਰ੍ਹਾਂ ਹੀ ਨਿਵ ਜਾਏ ਇਹ ਕੁਝ ਗੱਲਾਂ ਕਰਨੀਆਂ ਤੁਹਾਡੇ ਨਾਲ ਜ਼ਰੂਰੀ ਸਨ ਭੁੱਲ ਚੁੱਕਲੀ ਖਿਮਾ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ